बहुत बारी दस चुके हैं भी एक किन्ना फायदेमंद दरख्त आ, बहुत ही ज्यादा फायदेमंद है। इसकी जड़ तो लैके इसका पत्ता, इसका फुल, इसकी फली, हर एक चीज जिहड़ी ओह कम दी आ। आपां तकरीबन जिन्ने भी बूटे लाए आ, चाहे उधर फल वाले लाए, सब्जियां लाई, जिहड़े अपने शरीर नूं फायदेमंद आ, जिवें जिहड़ी कुदरत ने आपां नूं चीजां दित्तियां ना, ओह अपने फायदे वास्ते दित्तियां। आपां जिहड़ा होर दवाइयां पा पू के अपनी फसल बचाउण वास्ते इन्हां चीजां नूं आपां बर्बाद कर दिंदे आ। ਇਹ ਕੁਦਰਤ ਦੇ ਨਾਲ ਜੁੜੇ ਰਿਹਾ ਕਰੋ, ਕੁਦਰਤੀ ਚੀਜ਼ਾਂ ਖਾਇਆ ਕਰੋ ਤੇ ਆਪਣੇ ਆਪ ਹੀ ਤੁਸੀਂ ਠੀਕ ਹੋ ਜਾਓਗੇ। ਇਹ ਵੀ ਬਹੁਤ ਜ਼ਿਆਦਾ ਜਿਹਦੀ ਫਾਇਦੇਮੰਦ ਆ। ਇਹ ਜਿਹੜੀ ਕਹਿੰਦੇ ਆਂਡੇ ਤੋਂ ਵੀ ਉਤਲੀ ਚੀਜ਼ ਹੈ, ਜੇ ਕੋਈ ਕਹਿੰਦਾ ਨਾ ਕੈਲਸ਼ੀਅਮ ਐਗ 'ਚ ਹੀ ਪਾਇਆ ਜਾਂਦਾ, ਇਹ ਉਸ ਤੋਂ ਵੀ ਵੱਧ ਜਿਹੜੀ ਹੈ ਕੈਲਸ਼ੀਅਮ ਆਪਾਂ ਨੂੰ ਦਿੰਦੀ ਆ। ਤੁਸੀਂ ਇਹਦਾ ਸਾਗ ਬਣਾ ਕੇ ਵੀ ਜ਼ਰੂਰ ਖਾਇਆ ਕਰੋ, ਇਹਦੀ ਸਬਜ਼ੀ ਵੈਸੇ ਤੁਸੀਂ ਬਣਾ ਸਕਦੇ ਹੋ, ਬਹੁਤ ਹੀ ਜ਼ਿਆਦਾ ਫਾਇਦੇਮੰਦ ਆਪਣੇ ਵਾਸਤੇ। ਪਿਆਜ ਆਪਾਂ ਸਾਰੇ ਪੁੱਟ ਲਿਆ ਜੀ, ਐਰਕੀ ਪਿਆਜ ਨੇ ਜਿਹੜਾ ਮਨ ਖੱਟਾ ਹੀ ਕਰ ਦਿੱਤਾ ਵਾ, ਐਰਕੀ ਪਿਆਜ ਪਤਾ ਨਹੀਂ ਹੋਏ ਨਹੀਂ ਚਾਹੇ ਪਾਣੀ ਨਾਲ ਗਲ ਗਏ, ਤਾਂ ਸਾਡਾ ਹੀ ਜਿਹੜਾ ਵਾ ਗਲਤੀ ਹੈ ਵੀ ਧਿਆਨ ਨਹੀਂ ਦਿੱਤਾ ਗਿਆ। ਅੱਜ ਆਪਾਂ ਆਏ ਹਾਂ ਜੀ ਗਾਰਡਨ ਦੇ ਵਿੱਚ, ਇੱਧਰਲੀ ਸਾਈਡ ਤੇ ਜਿਹੜਾ ਆਪਾਂ ਪਿਛਲੀ ਵਾਰ ਵੀ ਤੁਹਾਨੂੰ ਦਿਖਾਈਆਂ ਸੀ ਵੀ ਚੌਲੇ ਦੀਆਂ ਫਲੀਆਂ, ਦੇਖੋ ਕਿੰਨੀਆਂ ਸੋਹਣੀਆਂ, ਸਾਰੇ ਬੂਟੇ ਹੋ ਚੁੱਕੇ ਨੇ, ਇਹਨਾਂ ਨੂੰ ਹੁਣ ਛੇਤੀ ਫਲੀਆਂ ਪੈ ਜਾਣਗੀਆਂ। ਕੋਈ ਪਿਆਜ ਤੇ ਦੇਖੋ ਕਿੰਨਾ ਵੱਡਾ ਵੱਡਾ ਹੋਇਆ ਤੇ ਕੋਈ ਛੋਟਾ ਛੋਟਾ, ਕੋਈ ਇਸ ਤੋਂ ਵੀ ਵੱਡੇ ਹੋਏ ਨੇ, ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ। ਤੁਸੀਂ ਮੇਰੇ ਵੀਡੀਓ 'ਚ ਦੇਖ ਹੀ ਸਕਦੇ ਹੋ, ਨਾਲ ਆਪਾਂ ਚਟਨੀ ਵੀ ਇਹਦੀ ਬਣਾਉਂਦੇ ਹੁੰਦੇ ਸੀਗੇ, ਬਹੁਤ ਟੇਸਟੀ ਬਣਦੀ ਸੀ, ਮਜ਼ਾ ਲੱਗਾ ਰਿਹਾ ਸੀ ਹਰੇ ਪਿਆਜਾਂ ਦਾ। ਇਹ ਦੇਖੋ ਜਿਹੜਾ ਗੰਢੇ 'ਚੋਂ ਗੰਢੇਲ ਆਉਣ, ਆਮ ਨਹੀਂ ਕਹਾਵਤ ਬਣੀ ਹੁੰਦੀ ਲੈ ਫਲਾਨਾ ਤੇ ਗੰਢਿਆਂ 'ਚੋਂ ਗੰਢੇਲ ਨਿਕਲਿਆ, ਇਹ ਗੰਢੇਲ ਵਾਲੇ ਗੰਢੇ ਹੁੰਦੇ ਨੇ। ਮੌਸਮ ਹੁਣ ਵਧੀਆ ਹੁੰਦਾ ਜਾਂਦਾ, ਦੇਖੋ ਹਨੇਰੀ ਜੀ ਵੀ ਆਉਣੀ ਸ਼ੁਰੂ ਹੋ ਗਈ ਆ, ਪਹਿਲਾਂ ਤਾਂ ਇੰਨੀ ਗਰਮੀ ਸੀ ਸਵੇਰ ਦੀ ਤੇ ਸ਼ਾਮ ਹੋ ਗਈ ਕਰਕੇ, ਤੇ ਦੇਖੋ ਪੱਤੇ ਦੇਖੋ ਤੁਸੀਂ ਐਂ ਪੂਰੇ ਬੰਦ ਹੋ ਗਏ ਆ। ਸਵੇਰੇ ਕਿਤੇ ਆਪਾਂ ਵੀਡੀਓ ਬਣਾਵਾਂਗੇ, ਤੁਹਾਨੂੰ ਦਿਖਾਵਾਂਗੇ, ਪੂਰੇ ਪੱਤੇ ਖੁੱਲੇ ਹੁੰਦੇ ਆ। ਇਹ ਆਪਣਾ ਫੇਵਰੇਟ ਬੂਟਾ ਜਿਹੜਾ ਆਪਣੇ ਸਰੀਰ ਨੂੰ ਕਈ ਫਾਇਦੇ ਦਿੰਦਾ ਵਾ, ਇਹ ਅਸੀਂ ਘਰੇ ਲਾਏ ਆ, ਵੈਸੇ ਸਾਨੂੰ ਬਾਹਰੋਂ ਤੋੜ ਕੇ ਲਿਆਉਣੇ ਪੈਂਦੇ ਆ, ਬਹੁਤ ਬੇਸਬਰੀ ਨਾਲ ਇਹਦਾ ਹੀ ਇੰਤਜ਼ਾਰ ਕਰ ਰਹੇ ਹਾਂ। ਇਹ ਬੁਖਾਰ ਵਾਸਤੇ ਬੂਟਾ ਜਿਹੜਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ, ਜਿਹਦੇ ਪੂਰਾ ਐਂ ਪੂਰਾ ਭਰਿਆ ਹੋਇਆ ਨਾ, ਫੁੱਲ ਫਲ ਹੋਏ ਇਹਦੇ 'ਤੇ, ਫਿਰ ਆਪਾਂ ਇਹਨੂੰ ਇਹਦੇ ਸਾਰੇ ਫਾਇਦੇ ਤੁਹਾਨੂੰ ਦੱਸਾਂਗੇ ਵੀ ਇਹ ਵੀ ਆਪਣੇ ਸਰੀਰ ਵਾਸਤੇ ਕਿੰਨਾ ਫਾਇਦੇਮੰਦ ਆ। ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ, ਕੈਸੇ ਹੋ ਸਭ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਵਲੌਗਰ ਤੇ। ਤੇ ਮੇਰੇ ਪਿੱਛੇ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਊਗਾ ਕਿ ਅੱਜ ਆਪਾਂ ਆਏ ਕਿੱਥੇ ਆ। ਅੱਜ ਆਪਾਂ ਆਏ ਹਾਂ ਜੀ ਗਾਰਡਨ ਦੇ ਵਿੱਚ, ਕਿਉਂਕਿ ਪਿਆਜ਼ ਦੇਖੋ ਜਿਵੇਂ ਆਪਣੇ ਜਿਹੜੇ ਉਹ ਪੁੱਟਣ ਲਾਇਕ ਹੋ ਚੁੱਕੇ ਆ, ਇਹਨਾਂ ਨੇ ਭੁੱਕਾਂ ਵੀ ਜਿਹੜੀਆਂ ਬਿਲਕੁਲ ਛੱਡ ਦਿੱਤੀਆਂ, ਇਹ ਤੁਸੀਂ ਦੇਖ ਸਕਦੇ ਹੋ, ਦੇਖੋ ਸਾਰੀਆਂ ਭੁੱਕਾਂ ਸੜ ਚੁੱਕੀਆਂ ਤੇ ਇਦਾਂ ਦੇ ਪਿਆਜ਼ ਹੋ ਚੁੱਕੇ ਨੇ। ਅੱਜ ਆਪਾਂ ਸਾਰੇ ਪਿਆਜ਼ ਪੁੱਟਾਂਗੇ, ਕਿਉਂਕਿ ਪਿਆਜ਼ਾਂ ਦੇ ਕਾਰਨ ਹੀ ਆਪਾਂ ਜਿਹੜੀਆਂ ਵੱਲਾਂ ਹੋਈਆਂ ਇਹਨਾਂ ਨੂੰ ਪਾਣੀ ਨਹੀਂ ਦੇ ਪਾ ਰਹੇ। ਹੁਣ ਪਿਆਜ਼ ਨੂੰ ਆਪਾਂ ਜਿਵੇਂ ਪੱਕੇ ਨੂੰ ਕਹਿੰਦੇ ਪਾਣੀ ਲਾ ਦਿੱਤੇ, ਇਹ ਜਿਹੜਾ ਅੰਦਰ ਹੀ ਅੰਦਰ ਸੜ ਜਾਂਦਾ। ਅੱਜ ਹੁਣ ਆਪਾਂ ਸਾਰੇ ਪਿਆਜ਼ ਪੁੱਟਾਂਗੇ, ਕਿੰਨੇ ਕੁ ਪਿਆਜ਼ ਨਿਕਲਦੇ ਆ ਤੁਸੀਂ ਸਾਰਾ ਵੀਡੀਓ 'ਚ ਵੇਖ ਲਿਓ, ਬਾਕੀ ਆਪਾਂ ਕਿਹੜੀਆਂ ਕਿਹੜੀਆਂ ਵੱਲਾਂ ਲਾਈਆਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਤੇ ਇੱਧਰਲੀ ਸਾਈਡ ਤੇ ਜਿਹੜਾ ਆਪਾਂ ਪਿਛਲੀ ਵਾਰ ਵੀ ਤੁਹਾਨੂੰ ਦਿਖਾਈਆਂ ਸੀ ਵੀ ਚੌਲੇ ਦੀਆਂ ਫਲੀਆਂ, ਦੇਖੋ ਕਿੰਨੀਆਂ ਸੋਹਣੇ, ਸਾਰੇ ਬੂਟੇ ਹੋ ਚੁੱਕੇ ਨੇ, ਇਹਨਾਂ ਨੂੰ ਹੁਣ ਛੇਤੀ ਫਲੀਆਂ ਪੈ ਜਾਣਗੀਆਂ। ਤੇ ਇੱਧਰ ਹੈਗੇ ਆ ਜੀ ਜਿਹੜੀ ਗੁਆਰ ਦੀ ਫਲੀ, ਇਹ ਦੇਖੋ ਇਹ ਵੀ ਬੂਟੇ ਕਿੰਨੇ ਸੋਹਣੇ ਹੋ ਚੁੱਕੇ ਆ। ਇਹਨਾਂ ਦੇ ਵਿੱਚੋਂ ਹੁਣ ਘਾਹ ਘੂ ਕੱਢ ਕੇ ਤੇ ਇਹਨਾਂ ਨੂੰ ਵੀ ਸਾਫ਼ ਸੁਥਰਾ ਕਰਾਂਗੇ, ਬੂਟੇ ਬੜੇ ਸੋਹਣੇ ਹੋ ਚੁੱਕੇ ਆ। ਪਰ ਇੱਧਰ ਜਿਹੜੀ ਬੀਨਸ ਲਾਈ ਸੀ ਉਹ ਬਿਲਕੁਲ ਨਹੀਂ ਹੋਈ, ਬੀਨਸ ਅਸੀਂ 2-3 ਵਾਰੀ ਲਾ ਚੁੱਕੇ ਹਾਂ, ਉਹ ਨਹੀਂ ਹੋਈ। ਘਾਹ ਕੱਢ ਕੇ ਵੇਖ ਰਹੇ ਜੇ ਇੱਕ ਅੱਧਾ ਕੋਈ ਬੂਟਾ ਹੋਊਗਾ, ਬਾਕੀ ਉੱਧਰ ਆਪਾਂ ਜਿਹੜੀਆਂ ਵੱਲਾਂ ਲਾਈਆਂ ਆਪਾਂ ਨਾਲ ਨਾਲ ਤੁਹਾਨੂੰ ਦੱਸੀ ਜਾਵਾਂਗੇ। ਤੇ ਆਓ ਜੀ ਹੁਣ ਆਪਾਂ ਪੁੱਟਣੇ ਸ਼ੁਰੂ ਕਰਦੇ ਹਾਂ ਪਿਆਜ਼। ਬਾਕੀ ਵੀਡੀਓ ਕਰਕੇ ਹੁਣ ਟਾਈਮ ਵੀ ਨਹੀਂ ਲੱਗਦਾ, ਨਹੀਂ ਤੇ ਆਪਾਂ ਘਾਹ ਇਹਨੂੰ ਬਿਲਕੁਲ ਨਹੀਂ ਹੋਣ ਦਿੰਦੇ ਹੁੰਦੇ ਸੀਗੇ। ਜਿਨ੍ਹਾਂ ਨੇ ਪਿਛਲੇ ਸਾਲ ਦੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੋਊਗਾ ਆਪਾਂ ਘਾਹ ਇੱਥੇ ਬਿਲਕੁਲ ਨਹੀਂ ਹੋਣ ਦਿੰਦੇ। ਹੁਣ ਆਪਾਂ ਟਿੱਲਰ ਦਾ ਪਤਾ ਕਰਦੇ ਹਾਂ ਵੀ ਟਿੱਲਰ ਆਪਾਂ ਨੂੰ ਮਿਲ ਜੇ, ਉਹ ਟਿੱਲਰ ਵੀ ਜਿਹੜਾ ਬਹੁਤ ਮਹਿੰਗਾ ਮਿਲਦੇ ਆ। ਜੇ ਕਿਸੇ ਤੋਂ ਸੈਕਿੰਡ ਹੈਂਡ ਹੈਗਾ ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ, ਖਾਸ ਕਰਕੇ ਜਿਹੜੇ ਹਿਮਾਚਲ ਵਾਲੇ ਇੱਧਰ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਉਹ ਜ਼ਰੂਰ ਦੱਸਿਓ ਜੇ ਕਿ ਜੇ ਕਿਤੇ ਸੈਕਿੰਡ ਹੈਂਡ ਮਿਲਦਾ ਤਾਂ ਆਪਾਂ ਲੈਵਾਂਗੇ, ਕਿਉਂਕਿ ਜਗ੍ਹਾ ਤਾਂ ਆਪਣੀ ਥੋੜ੍ਹੀ ਜਿਹੀ ਆ, ਜੇ ਇੰਨੇ ਪੈਸੇ ਲਾਉਣਾ ਵੀ ਅਕਲਮੰਦੀ ਨਹੀਂ ਹੈਗੀ। ਜਿਵੇਂ ਉਹ 30-35 ਹਜ਼ਾਰ ਦਾ ਆਉਂਦਾ ਤੇ ਆਪਾਂ ਨੂੰ ਜੇ ਸਸਤਾ ਮਿਲ ਜੇ ਸੈਕਿੰਡ ਹੈਂਡ ਤੇ ਉਹ ਆਪਾਂ ਲਿਆ ਕੇ ਤੇ ਉਹਦੇ ਨਾਲ ਜਿਹੜੀ ਸਾਫ਼ ਸਫਾਈ ਸਾਰੀ ਕਰ ਸਕਦੇ ਹਾਂ। ਕੋਈ ਪਿਆਜ਼ ਤੇ ਦੇਖੋ ਕਿੰਨਾ ਵੱਡਾ ਵੱਡਾ ਹੋਇਆ ਤੇ ਕੋਈ ਛੋਟਾ ਛੋਟਾ, ਕੋਈ ਇਸ ਤੋਂ ਵੀ ਵੱਡੇ ਹੋਏ ਨੇ, ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ। ਤੇ ਇੱਧਰਲੀ ਕੈਰੀ 'ਚ ਸਾਡੇ ਪਿਆਜ਼ ਘੱਟ ਨੇ, ਕਿਉਂਕਿ ਇੱਧਰਲੀ ਕੈਰੀ ਦੇ ਵਿੱਚ ਆਪਾਂ ਜਿਹੜੇ ਹਰੇ ਪਿਆਜ਼ ਸੀਗੇ ਉਹ ਨਾਲ ਨਾਲ ਹੀ ਆਪਾਂ ਸਬਜ਼ੀ 'ਚ ਵਰਤਦੇ ਰਹੇ। ਤੁਸੀਂ ਮੇਰੇ ਵੀਡੀਓ 'ਚ ਦੇਖ ਹੀ ਸਕਦੇ ਹੋ, ਨਾਲ ਆਪਾਂ ਚਟਨੀ ਵੀ ਇਹਦੀ ਬਣਾਉਂਦੇ ਹੁੰਦੇ ਸੀਗੇ, ਬਹੁਤ ਟੇਸਟੀ ਬਣਦੀ ਸੀ, ਮਜ਼ਾ ਲੱਗਾ ਰਿਹਾ ਸੀ ਹਰੇ ਪਿਆਜ਼ਾਂ ਦਾ। ਇਹ ਦੇਖੋ ਕਈ ਪਿਆਜ਼ ਐਡੇ ਐਡੇ ਵੀ, ਜਿਵੇਂ ਆਪਾਂ ਇੱਥੇ ਪਾਣੀ ਜ਼ਿਆਦਾ ਦਿੰਦੇ ਰਹੇ ਨਾ, ਹੁਣ ਵੱਲਾਂ ਕਰਕੇ ਤੇ ਦੇਖੋ ਥੱਲਿਓ ਫਿਰ ਉੱਗਣੇ ਸ਼ੁਰੂ ਹੋ ਗਏ ਸੀਗੇ, ਖਰਾਬ ਹੋ ਚੁੱਕੇ ਨੇ ਹੁਣ ਤੇ ਕਈ।
ਚਲੋ ਜਿੰਨੇ ਨਿਕਲਦੇ ਓਨੇ ਸਹੀ। ਉਹ ਜਿਵੇਂ ਕਹਿੰਦੇ ਹੁੰਦੇ ਨਾ, ਜਿੰਨਾ ਨਹਾਤੀ ਓਨਾ ਹੀ ਪੁੰਨਾ। ਕਈ ਦੇਖੋ ਥੱਲੇ ਸਾੜੀ ਚੁੱਕੇ ਨੇ ਬਿਲਕੁਲ, ਪਤਾ ਨਹੀਂ ਕਿਉਂ ਸੜੇ ਹੋਣਗੇ, ਪਾਣੀ ਜ਼ਿਆਦਾ ਕਰਕੇ ਚਾਹੇ ਕਾਹਦੇ ਕਰਕੇ, ਗਰਮੀ ਕਰਕੇ। ਉੱਤੇ ਭੂਕਾਂ ਦੇ ਬੜੀਆਂ ਸੋਹਣੀਆਂ ਦੀਆਂ, ਪਰ ਥੱਲਿਓ ਪਿਆਜ਼ ਸਾਰਾ ਹੀ ਸੜ ਦਿੱਤਾ। ਇੱਧਰ ਆਪਣੀਆਂ ਦੇਖੋ ਚਿੱਬੜ ਦੀਆਂ ਵੱਲਾਂ ਵੀ ਲੱਗ ਚੁੱਕੀਆਂ, ਨਿੱਕੇ ਨਿੱਕੇ ਚਿੱਬੜ ਵੀ ਲੱਗੇ ਹੋਏ ਨੇ। ਇਹ ਦੇਖੋ, ਇਹ ਆਪਣੇ ਆਪ ਹੀ ਕੁਦਰਤੀ ਦੇਣ ਹੈ ਵੀ ਆਪਾਂ ਨੂੰ, ਇਹ ਵੀ ਆਪਣੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ। ਆਪਾਂ ਇਹਨੂੰ ਇੱਦਾਂ ਹੀ ਸੁੱਟ ਦਿੰਦੇ ਹਾਂ, ਦੇਖੋ ਕਿੰਨੇ ਸੋਹਣੇ ਲੱਗ ਗਏ ਨੇ। ਇਹਨਾਂ ਦੀ ਆਪਾਂ ਚਟਨੀ ਬਣਾਵਾਂਗੇ, ਸਬਜ਼ੀ ਬਣਾਵਾਂਗੇ, ਨਾਲੇ ਆਪਾਂ ਇਹਦਾ ਚਾਰ ਵੀ ਪਾਵਾਂਗੇ। ਬਾਕੀ ਕਈ ਲੋਕ ਇਹਨਾਂ ਚੀਜ਼ਾਂ ਨੂੰ ਆਮ ਹੀ ਸਮਝਦੇ ਨੇ ਵੀ ਐਵੇਂ ਜੰਗਲੀ ਜਿਵੇਂ ਬੂਟੀ ਜੀ ਹੋਈ ਆ ਤੇ ਚਿੱਬੜ ਹੋਏ ਆ। ਇਹਦੇ ਬਹੁਤ ਜ਼ਿਆਦਾ ਫਾਇਦੇ ਆ, ਇਹਦੇ ਫਾਇਦਿਆਂ ਬਾਰੇ ਵੀ ਆਪਾਂ ਪੂਰੀ ਫੁੱਲ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ। ਤੇ ਚਿੱਬੜ ਕਈ ਕੌੜੇ ਵੀ ਹੁੰਦੇ ਆ ਤੇ ਕਈ ਮਿੱਠੇ ਵੀ ਹੁੰਦੇ ਆ। ਮਿੱਠਿਆਂ ਦੀ ਇਹ ਨਿਸ਼ਾਨੀ ਆ, ਦੇਖੋ ਪੀਲਾ ਹੋ ਗਿਆ ਤੇ ਇਹਨੂੰ ਵਾਲਣੇ ਆਪਣੇ ਆਪ ਹੀ ਛੱਡ ਦਿੱਤਾ, ਤੋੜਨ ਦੀ ਜ਼ਰੂਰਤ ਵੀ ਨਹੀਂ ਆ, ਆਪਣੇ ਆਪ ਹੀ ਇਹ ਵਾਲਣੇ ਛੱਡ ਦਿੱਤਾ। ਦੇਖੋ ਕਿੰਨਾ ਸੋਹਣਾ। ਇਹਨੂੰ ਤੁਸੀਂ ਐਜ ਏ ਫਰੂਟ ਇੱਦਾਂ ਵੀ ਖਾ ਸਕਦੇ ਹੋ, ਇਹਦੀ ਸਬਜ਼ੀ ਵੀ ਬਣਾ ਸਕਦੇ ਹੋ, ਇਹਦੀ ਚਟਨੀ ਵੀ ਬਣਾ ਸਕਦੇ ਹੋ। ਤੇ ਬਹੁਤ ਜ਼ਿਆਦਾ ਇਹਦੇ ਫਾਇਦੇ ਨੇ, ਨਿੱਕੀ ਜਿਹੀ ਚੀਜ਼। ਤੇ ਦੇਖੋ ਜਿਹੜਾ ਚਲਾਈ ਦਾ ਆਪਾਂ ਸਾਗ ਬਣਾਉਂਦੇ ਸੀਗੇ, ਚਲਾਈ ਵੀ ਜਿਹੜੀ ਪੱਕ ਚੁੱਕੀ ਹੈ, ਇਹ ਆਪਾਂ ਕੱਢੀ ਨਹੀਂ ਆ। ਇਸ ਕਾਰਨ ਕੱਢੀ ਹੈ ਕਿ ਕਈ ਲੋਕ ਕਹਿੰਦੇ ਜਿਹੜੀ ਸੀਰ ਪਿੰਨੀ ਆ ਉਹ ਇਸੇ ਚੀਜ਼ ਦੀ ਬਣਦੀ ਹੈ, ਕੋਈ ਬਾਥੂ ਦੀ ਕਹਿੰਦਾ। ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਜਿਹਨਾਂ ਨੂੰ ਪਤਾ ਵੀ ਜਿਹੜੀਆਂ ਸੀਰ ਪਿੰਨੀ ਆਪਾਂ ਖਾਂਦੇ ਹਾਂ, ਜਿਹੜੀਆਂ ਖਾਸ ਕਰਕੇ ਵਰਤਾਂ 'ਚ ਵੀ ਖਾਧੀਆਂ ਜਾਂਦੀਆਂ ਨੇ, ਉਹ ਬਾਥੂ ਦੇ ਬੀਜ ਦੀਆਂ ਬਣਦੀਆਂ ਅਤੇ ਚਲਾਈ ਦੀਆਂ ਬਣਦੀਆਂ। ਜੇ ਚਲਾਈ ਦੀਆਂ ਬਣਦੀਆਂ ਤਾਂ ਇਹਦਾ ਆਪਾਂ ਬੀਜ ਇਕੱਠਾ ਕਰਕੇ ਫਿਰ ਇਹਨੂੰ ਭੁੰਨ ਕੇ ਬਣਾਉਣ ਦੀ ਟਰਾਈ ਜ਼ਰੂਰ ਕਰਾਂਗੇ। ਜੇ ਬਣੀਆਂ ਤਾਂ ਫਿਰ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਜ਼ਰੂਰ। ਇਹ ਵੀ ਬਹੁਤ ਜਲਦੀ ਫਾਇਦੇਮੰਦ ਆ। ਇਹ ਜਿਹੜੀ ਕਹਿੰਦੇ ਆਂਡੇ ਤੋਂ ਵੀ ਉਤਲੀ ਚੀਜ਼ ਹੈ, ਜੇ ਕੋਈ ਕਹਿੰਦਾ ਨਾ ਕੈਲਸ਼ੀਅਮ ਐਗ 'ਚ ਹੀ ਪਾਇਆ ਜਾਂਦਾ, ਇਹ ਉਸ ਤੋਂ ਵੀ ਵੱਧ ਜਿਹੜੀ ਹੈ ਕੈਲਸ਼ੀਅਮ ਆਪਾਂ ਨੂੰ ਦਿੰਦੀ ਆ। ਤੁਸੀਂ ਇਹਦਾ ਸਾਗ ਬਣਾ ਕੇ ਵੀ ਜ਼ਰੂਰ ਖਾਇਆ ਕਰੋ, ਇਹਦੀ ਸਬਜ਼ੀ ਵੈਸੇ ਤੁਸੀਂ ਬਣਾ ਸਕਦੇ ਹੋ, ਬਹੁਤ ਹੀ ਜ਼ਿਆਦਾ ਫਾਇਦੇਮੰਦ ਆਪਣੇ ਵਾਸਤੇ। ਇਹ ਵੀ ਦੇਖੋ ਇਹ ਕੁਦਰਤੀ ਆ, ਜਿਹੜੀ ਕੁਦਰਤ ਨੇ ਆਪਾਂ ਨੂੰ ਚੀਜ਼ਾਂ ਦਿੱਤੀਆਂ ਨਾ, ਉਹ ਆਪਣੇ ਫਾਇਦੇ ਵਾਸਤੇ ਦਿੱਤੀਆਂ। ਆਪਾਂ ਜਿਹੜਾ ਹੋਰ ਦਵਾਈਆਂ ਪਾ ਪੂ ਕੇ ਆਪਣੀ ਫਸਲ ਬਚਾਉਣ ਵਾਸਤੇ ਇਹਨਾਂ ਚੀਜ਼ਾਂ ਨੂੰ ਆਪਾਂ ਬਰਬਾਦ ਕਰ ਦਿੰਦੇ ਹਾਂ। ਇਹ ਕੁਦਰਤ ਦੇ ਨਾਲ ਜੁੜੇ ਰਿਹਾ ਕਰੋ, ਕੁਦਰਤੀ ਚੀਜ਼ਾਂ ਖਾਇਆ ਕਰੋ ਤੇ ਆਪਣੇ ਆਪ ਹੀ ਤੁਸੀਂ ਠੀਕ ਹੋ ਜਾਓਗੇ। ਇੱਕ ਇਹ ਦੇਖੋ ਇਹ ਕੱਦੂਆਂ ਦੀ ਵੱਲ ਆ, ਇਹਨੂੰ ਵੀ ਆ ਦੇਖੋ ਫੁੱਲ ਜੇ ਪੈਣੇ ਸ਼ੁਰੂ ਹੋ ਗਏ। ਇਹਨਾਂ ਨੂੰ ਸਾਰੀਆਂ ਵੱਲਾਂ ਨੂੰ ਆਪਾਂ ਝਾੜੀਆਂ ਲਾਵਾਂਗੇ ਨਾਲ ਨਾਲ। ਕੁਝ ਆ ਦੇਖੋ ਹੋ ਰਹੀਆਂ ਨੇ ਛੋਟੀਆਂ ਛੋਟੀਆਂ ਵੀ ਵੱਲਾਂ, ਕੋਈ ਲੰਬੇ ਕੱਦੂ ਸੀਗੇ, ਕੋਈ ਗੋਲ ਕੱਦੂ ਸੀਗੇ। ਜਦੋਂ ਲੱਗਣਗੇ ਫੇਰ ਹੀ ਪਤਾ ਲੱਗੂਗਾ, ਕਿਉਂਕਿ ਵੱਲਾਂ ਇੱਕੋ ਜਿਹੀ ਹੁੰਦੀਆਂ। ਹਾਂ, ਕਰੇਲੇ ਦੀ ਤੇ ਤੋਰੀ ਦੀ ਵੱਲ ਦਾ ਜਿਹੜਾ ਆਪਾਂ ਫਰਕ ਕੱਢ ਸਕਦੇ ਹਾਂ, ਕੱਦੂ ਦੀਆਂ ਵੱਲਾਂ ਤਕਰੀਬਨ ਮੈਨੂੰ ਤਾਂ ਇੱਕੋ ਜਿਹੀਆਂ ਲੱਗਦੀਆਂ। ਜੇ ਤੁਹਾਨੂੰ ਫਰਕ ਦਾ ਪਤਾ ਹੋਊਗਾ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੇ, ਪਰ ਮੈਨੂੰ ਵੈਸੇ ਇੱਕੋ ਜਿਹੀਆਂ ਲੱਗਦੀਆਂ ਹੁੰਦੀਆਂ। ਇਹ ਦੇਖੋ ਜਿਹੜਾ ਗੰਢੇ 'ਚੋਂ ਗੰਢੇਲ ਆਉਣ, ਆਮ ਨਹੀਂ ਕਹਾਵਤ ਬਣੀ ਹੁੰਦੀ ਲੈਫਲਾਨਾ ਤੇ ਗੰਢਿਆਂ 'ਚੋਂ ਗੰਢੇਲ ਨਿਕਲਿਆ, ਇਹ ਗੰਢੇਲ ਵਾਲੇ ਗੰਢੇ ਹੁੰਦੇ ਨੇ, ਇਹਨਾਂ ਦੇ ਉੱਤੇ ਬੀਜਿਆ ਬਣ ਜਾਂਦਾ ਨਾ। ਇਹ ਦੇਖੋ ਗੰਢਾ ਬਣਿਆ ਨਹੀਂ ਥੱਲੇ, ਉੱਤੇ ਹੀ ਸਾਰਾ ਜ਼ੋਰ ਲੱਗ ਗਿਆ। ਇਹ ਦੇਖੋ ਇਹ ਉਹ ਵੱਲ ਜਿਹੜੀ ਬੜੀ ਸੋਹਣੀ ਹੋਈ ਸੀ, ਫਿਰ ਸੁੱਕ ਗਈ ਹੈ ਜਿਵੇਂ ਆਪਣੇ ਇੱਥੇ ਗਰਮੀ ਹੋ ਗਈ ਆ। ਇਹ ਜਿਹੜੀ ਪਹਾੜੀ ਤੋਰੀ ਆਪਾਂ ਜਦੋਂ ਮਨੀਕਰਨ ਸਾਹਿਬ ਤੋਂ ਲਿਆਂਦੀ ਸੀ ਨਾ, ਲਾਈ ਸੀ ਆਪਾਂ ਤੁਹਾਨੂੰ ਦੱਸਿਆ, ਬੜੀ ਸੋਹਣੀ ਹੋ ਕੇ ਤੇ ਫਿਰ ਸੁੱਕ ਗਈ। ਦੋ ਲਾਈਆਂ ਸੀ, ਇੱਧਰ ਵੀ ਸੁੱਕ ਗਈ। ਪਤਾ ਨਹੀਂ ਵੀ ਮੌਸਮ ਦੇ ਅਕੋਰਡਿੰਗ ਵੀ ਹੁਣ ਆਪਣੇ ਜਿਵੇਂ ਇੱਧਰ ਗਰਮੀ ਹੈ ਜ਼ਿਆਦੀ ਤਾਂ ਕਰਕੇ। ਪਿਆਜ ਆਪਾਂ ਸਾਰੇ ਪੁੱਟ ਲਿਆ ਜੀ, ਐਰਕੀ ਪਿਆਜ ਨੇ ਜਿਹੜਾ ਮਨ ਖੱਟਾ ਹੀ ਕਰ ਦਿੱਤਾ ਵਾ, ਐਰਕੀ ਪਿਆਜ ਪਤਾ ਨਹੀਂ ਹੋਏ ਨਹੀਂ ਚਾਹੇ ਪਾਣੀ ਨਾਲ ਗਲ ਗਏ, ਤਾਂ ਸਾਡਾ ਹੀ ਜਿਹੜਾ ਵਾ ਗਲਤੀ ਹੈ ਵੀ ਧਿਆਨ ਨਹੀਂ ਦਿੱਤਾ ਗਿਆ। ਅਤੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹਲਦੀ, ਇਹ ਪਿਛਲੇ ਸਾਲ ਵਾਲੀ ਹੈ, ਅਤੇ ਜਿਹੜੀ ਐਰਕੀ ਆਪਾਂ ਪਿਆਜ਼ਾਂ 'ਚ ਬੀਜੀ ਉਹ ਵੀ ਹੋਈ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਦੇਖੋ ਕੁਛ ਕੁਛ ਬੂਟੇ ਜਿਹੜੇ ਆ ਉਹ ਹਲਦੀ ਦੇ ਸ਼ੁਰੂ ਹੋ ਗਏ ਆ ਉੱਗਣੇ। ਇਹ ਥੋੜ੍ਹਾ ਟਾਈਮ ਨਾ, ਥੋੜ੍ਹਾ ਜਿਹਾ ਟਾਈਮ ਲੱਗਦਾ ਉੱਗਣ ਲੱਗਿਆ। ਇੱਧਰ ਵੀ ਹੋਇਆ ਬੂਟਾ, ਇੱਧਰ ਵੀ ਮੈਂ ਇੱਕ ਦੋ ਵੇਖਿਆ ਸੀਗਾ। ਇਹ ਹੁਣ ਇਹਨਾਂ ਵਾ ਵੀ ਘਾਹ ਜਿਹੜਾ ਇਹਦੇ ਵਿੱਚੋਂ ਧਿਆਨ ਨਾਲ ਕੱਢਣਾ ਪੈਣਾ। ਇਹ ਕਰੇਲੇ ਦੀ ਵੱਲ ਆ, ਇਹਨਾਂ ਨੂੰ ਹੁਣ ਆਪਾਂ ਰੱਸੀਆਂ ਜਿਹੜੀਆਂ ਬੰਨ ਦਿੰਦੇ ਹਾਂ। ਵੱਲਾਂ ਤਾਂ ਬਹੁਤ ਸੋਹਣੀਆਂ ਹੋ ਗਈਆਂ ਸਾਰੀਆਂ। ਇਹ ਦੇਖੋ ਇਹ ਜਿਹੜੀ ਵੀ ਕਰੇਲੇ ਦੀ ਵੱਲ ਆ, ਇਹ ਵੀ ਤੋਰੀ ਦੀ ਵੱਲ ਆ, ਇਹਨਾਂ ਨੂੰ ਹੁਣ ਆਪਾਂ ਨਾ ਐਂ ਰੱਸੀਆਂ ਬੰਨ ਕੇ ਇੱਧਰ ਬਾਹਰ ਨੂੰ ਕੱਢ ਦਾਂਗੇ। ਇੱਧਰ ਵੀ ਹੈਗੀਆਂ ਤੋਰੀਆਂ ਦੀਆਂ ਵੱਲਾਂ, ਬੜੀਆਂ ਸੋਹਣੀਆਂ ਐਰਕੀ ਤੋਰੀਆਂ ਦੀਆਂ ਵੱਲਾਂ ਹੋ ਗਈਆਂ। ਹੁਣ ਵੇਖੋ ਇਹਨਾਂ ਨੂੰ ਕਾਲੀਆਂ ਤੋਰੀਆਂ ਲੱਗਦੀਆਂ ਕਿ ਹਰੀਆਂ ਹੀ, ਦੋ ਤਰ੍ਹਾਂ ਦੀਆਂ ਤੋਰੀਆਂ ਹੁੰਦੀਆਂ। ਇਹਨਾਂ ਨੂੰ ਇੱਦਾਂ ਆਪਾਂ ਬੰਨ ਦਾਂਗੇ ਤੇ ਫਿਰ ਵਧੀਆ ਹੋ ਜਾਣਗੀਆਂ। ਇਹਨਾਂ ਸਾਨੂੰ ਦੋ ਦੋ ਮਿਲ ਗਈਆਂ ਸੀ ਜਿਵੇਂ ਆਪਾਂ ਲੈਣ ਗਏ ਸੀ, ਤੇ ਉਹਨਾਂ ਕਿਹਾ ਵੀ ਇੱਕ ਕਰੇਲਾ ਤੇ ਇੱਕ ਤੋਰੀ ਦੀ ਜਿਹੜੀ ਵੱਲ ਇਕੱਠੇ ਬੀਜ ਲੱਗੇ ਤੇ ਆਪਾਂ ਨੂੰ ਸਸਤੇ ਰੇਟ 'ਚ ਹੀ ਮਿਲ ਗਈਆਂ ਸੀਗੀਆਂ। ਹੁਣ ਮੇਰੇ ਕੋਲ ਜ਼ਿਆਦਾ ਬੋਲਿਆ ਵੀ ਨਹੀਂ ਜਾਂਦਾ ਕਿਉਂਕਿ ਸ਼ਾਮ ਦਾ ਟਾਈਮ ਆ ਨਾ, ਤੇ ਮੱਛਰ ਜਿਹਾ ਬਹੁਤ ਇੱਥੇ ਹੋ ਜਾਂਦਾ, ਫਿਰ ਉਹ ਮੂੰਹ 'ਚ ਪੈਂਦਾ ਵਾ। ਹੁਣ ਆਪਾਂ ਤਕਰੀਬਨ ਕਰੇ ਚੱਲਾਂਗੇ, ਬਾਕੀ ਦੇ ਆਪਾਂ ਬੂਟੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਜਿਹੜੇ ਆਪਾਂ ਲਾਏ ਸੀਗੇ। ਹੁਣ ਪਿਆਜ਼ ਸਾਰੇ ਆਪਾਂ ਟੋਕਰੀ 'ਚ ਪਾ ਲੈਂਦੇ,
ਤੇ ਆਪਣੇ ਤਕਰੀਬਨ ਹੋਣੇ ਫਿਰ ਵੀ 10 ਕੁ ਚਾਹੇ 12 ਕਿਲੋ ਹੋ ਜਾਣਗੇ ਆਪੂ ਕਈਆਂ ਲਾ ਕੇ। ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੁਣ ਜਿਨ੍ਹਾਂ ਨੇ ਪਿਛਲੀ ਵੀਡੀਓ ਵੇਖੀ ਵੀ ਵੱਡਾ ਟੋਕਰ ਆਪਣਾ ਭਰ ਗਿਆ ਸੀਗਾ। ਚਲੋ ਜਾਂਦੇ ਚੋਰ ਦੀ ਪੱਗ ਹੀ ਸਹੀ, ਜਿਵੇਂ ਕੋਈ ਲਗੋਟੀ ਕਹਿੰਦਾ ਕੋਈ ਪੱਗ ਕਹਿੰਦਾ। सारे प्याज जो साफ सफाई कर लेने वेखन लगता से जिवें थोड़े जे आ पर जिन्ने सानू चाहिए उन्ने तो नहीं, पर फिर भी 20 किलो तो निकल ही गए होने टोकरा इन्ना कदे भर गया। पिछली बार साडा टोकरा है उत्तों तक बोधी लगा सीगा, इन्ने प्याज सोहणे होए सी। आ बाकी हर हर दे बूटे जिहड़े अपने आप ही जिहड़े विचों कई दाल नहीं डिग पई सीगी उह अपने आप ही उगे ने। इधर आपां मिर्चां लाईआं सी उह होए नहीं। एक मेरे गार्डन दा पहला फ्रूट आपां तुहानूं दिखाउने आ इधर दी, इह देखो इहनूं किन्ना सोहणा संदूरी अंब लगा है, जिहनूं तोता अंब वी आपां बोलदे आ लगा या। आ पूरा बूर पिया सीगा, 8-10 अंब लगे सी जिवें नेरियां ना कहिंदे ना बूर झड़ जांदा, ते इह वी झड़ गया ते बस इक्को ही बचिया। हुण देखो इह पकदा है कि नहीं पकदा। अमरूद देखो बहुत सोहणे हो गए, अमरूद दीआं डालीआं तां पूरीआं भरीआं पईआं। इहदा जिहड़ा पहला फल आ ना जिवें कहिंदे तोड़ देणा चाहीदा, पहला सी उहदे तोड़ता सी, हुण ते देखो बहुत ज़्यादा फल आया इहदे उत्ते। इह देखो हुण पक के किहड़े निकलदे आ, लाल निकलदे कि चिट्टे निकलदे आ। ਤੇ ਆਪਣਾ ਚੀਕੂ ਚੀਕੂ ਦੇ ਨਾਲ ਇੱਕ ਹੋਰ ਅੰਬ ਆਪਣੇ ਆਪ ਹੀ ਉੱਗ ਗਿਆ। ਬਾਕੀ ਜਿਹੜੇ ਆਪਾਂ ਬੈਂਗਣ ਵੱਢਤੇ ਸੀਗੇ ਸਾਰੇ ਤੇ ਦੇਖੋ ਕਿੰਨੇ ਸੋਹਣੇ ਹੋ ਗਏ, ਫਿਰ ਸਾਰੇ ਲੱਗਣ ਲੱਗ ਪਏ ਹਰੇ ਹਰੇ ਬੈਂਗਣ। ਇਹ ਸਾਰੇ ਫੁੱਟ ਗਏ ਨੇ ਫਿਰ, ਤੇ ਇਹਨਾਂ ਨੂੰ ਆਪਾਂ ਤੋੜਾਂਗੇ। ਬਾਕੀ ਟਾਈਮ ਨਹੀਂ ਲੱਗਦਾ, ਟਾਈਮ ਦੀ ਘਾਟ ਹੋਣ ਕਾਰਨ ਜਿਹੜਾ ਆਪਣੇ ਗਾਰਡਨ ਦਾ ਇਹ ਸਤਿਆਨਾਸ਼ ਜਿਹਾ ਹੋਇਆ ਫਿਰਦਾ। ਹੁਣ ਬੱਚਿਆਂ ਨੂੰ ਵੀ ਛੁੱਟੀਆਂ ਪੈ ਜਾਣੀਆਂ ਵਾ, ਤੇ ਸ਼ਾਇਦ ਆਪਾਂ ਥੋੜ੍ਹਾ ਥੋੜ੍ਹਾ ਟਾਈਮ ਕੱਢ ਕੇ ਤੇ ਫਿਰ ਆਪਾਂ ਗਾਰਡਨ ਪੂਰਾ ਸਾਫ਼ ਸੁਥਰਾ ਕਰਾਂਗੇ। ਫਿਰ ਹੀ ਤੁਹਾਨੂੰ ਵੇਖਣ 'ਚ ਵੀ ਮਜ਼ਾ ਆਊਗਾ, ਤਾਂ ਕਿ ਸੋਹਣਾ ਲੱਗੇ ਵੇਖਣ 'ਚ ਵੀ ਆਪ ਵਧੀਆ ਚੀਜ਼ ਹੀ ਵੇਖ ਰਹੇ ਆ। ਹੁਣ ਥੋੜ੍ਹੀ ਜਿਹੀ ਸਾਡੀ ਟਾਈਮ ਦੀ ਘਾਟ ਕਰਕੇ ਸਾਡਾ ਗਾਰਡਨ ਇਦਾਂ ਦਾ ਹੋ ਗਿਆ। ਇਹ ਦੇਖੋ ਇਹਦੇ ਵਿੱਚ ਕੁਛ ਕੁਛ ਨਾ ਤਰੇਕਾਂ ਵੀ ਨੇ ਜਿਹਨੂੰ ਆਪਾਂ ਬਕੈਣ ਬੋਲਦੇ ਹਾਂ। ਇੱਕ ਤਾਂ ਉਹ ਬਹੁਤ ਵੱਡੀ ਹੋਈ ਆ, ਉਹ ਵੀ ਛਾਂ ਜੇ ਵਾਸਤੇ ਬਹੁਤ ਸੋਹਣੀ ਹੈ, ਪਿੰਡਾਂ ਥਾਵਾਂ 'ਚ ਹੁੰਦੀ ਹੈ ਨਾ ਜਿਵੇਂ ਛਾਵਾਂ ਬਹਿੰਦੇ ਸਾਰੇ ਪਿੰਡਾਂ ਦੇ ਵਿੱਚ। ਅਤੇ ਇਹ ਜਿਨ੍ਹਾਂ ਨੇ ਨਵੇਂ ਅੱਜ ਮੇਰਾ ਪਹਿਲੀ ਵਾਰੀ ਬਲੌਗ ਵੇਖਣਾ ਉਹਨਾਂ ਨੂੰ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹ ਜਿਹੜੇ ਮਾਲਟੇ ਹੁੰਦੇ ਆ, ਇੱਕ ਮਸੰਮੀ ਹੁੰਦੀ ਹੈ, ਇੱਕ ਔਰੰਜ ਹੁੰਦਾ ਅਤੇ ਇੱਕ ਮਾਲਟਾ, ਇਹ ਮਾਲਟਿਆਂ ਦਾ ਵਾ ਜੀ। ਐਰਕੇ ਨੂੰ ਲੱਗੇ ਨਹੀਂ ਪਹਿਲਾਂ, ਵੈਸੇ 2 ਲੱਗੇ ਸੀ ਜਦੋਂ ਅਸੀਂ ਲੈ ਕੇ ਆਏ ਤੇ ਉਹ ਵੀ ਅਸੀਂ ਤੋੜ ਦਿੱਤਾ। ਅਤੇ ਇਹ ਦੇਖੋ ਜੀ, ਇਹ ਜੀ ਸੰਤਰਾ, ਇੱਧਰ ਆਪਾਂ ਫਲਾਂ ਦੇ ਬੂਟੇ ਪੂਰੇ ਲਾਏ ਹੋਏ ਆ, ਸੰਤਰਾ। ਅਤੇ ਆਹ ਹੈਗਾ ਜੀ ਪਲਮ ਦਾ ਬੂਟਾ, ਇਹਨੂੰ ਵੀ ਐਰਕੇ ਅਜੇ ਫਰੂਟ ਤਾਂ ਨਹੀਂ ਲੱਗਾ। ਸਰਦੀਆਂ ਦੇ ਵਿੱਚ ਤਾਂ ਇਹ ਪੀਲੂ ਡੰਡੇ ਜੇ ਰਹਿ ਗਏ ਸੀ, ਮੈਂ ਕਿਹਾ ਸ਼ਾਇਦ ਖਰਾਬ ਹੋ ਗਿਆ, ਪਰ ਨਹੀਂ, ਫਿਰ ਆਪਣੇ ਆਪ ਹੀ ਜਿਵੇਂ ਰੋਤਾ ਆਈ ਤਾਂ ਵਧੀਆ ਹੋ ਗਿਆ। ਅਤੇ ਇਹ ਆ ਜੀ ਜਿਹੜੀ ਆਪਾਂ ਵੱਲ ਤੁਹਾਨੂੰ ਦੱਸਦੇ ਸੀਗੇ, ਫੁੱਲ ਬੜੇ ਸੋਹਣੇ ਨਿਕਲ ਆਏ ਇਹਨੂੰ। ਹੁਣ ਇਹਨੂੰ ਤਾਂ ਨੂੰ ਸਾਰੀ ਖਿੱਚ ਕੇ ਬੰਨਦਾਂਗੇ, ਬੜੇ ਸੋਹਣੇ ਲੱਗਣੇ ਫੁੱਲ ਇਹਨੂੰ। ਅਤੇ ਇੱਥੇ ਆ ਜਿਹੜਾ ਸ਼ੈੱਡ ਆ ਜਿੱਥੇ ਆਪਾਂ ਰੋਜ਼ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ, ਇੱਥੇ ਰੋਟੀ ਪਾਣੀ ਬਣਾਉਣੇ ਆਪਾਂ ਚੌਂਕਾ ਚੁੱਲ੍ਹਾ, ਨਾਲ ਹੀ ਆਪਣਾ ਗਾਰਡਨ। ਅਤੇ ਕੁਛ ਬੂਟੇ ਆਪਾਂ ਬਾਹਰ ਵੀ ਲਾਏ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਮੌਸਮ ਹੁਣ ਵਧੀਆ ਹੁੰਦਾ ਜਾਂਦਾ, ਦੇਖੋ ਹਨੇਰੀ ਜੀ ਵੀ ਆਉਣੀ ਸ਼ੁਰੂ ਹੋ ਗਈ ਆ, ਪਹਿਲਾਂ ਤਾਂ ਇੰਨੀ ਗਰਮੀ ਸੀ ਸਵੇਰ ਦੀ। ਇਹ ਦੇਖੋ ਇਹ ਜਿਹੜਾ ਜੀ ਪੈਂਦੀ ਅੰਬ ਆ, ਇਹ 2-3 ਵਾਰੀ ਵਿਚਾਰਾ ਨਿਕਲਿਆ, 2-3 ਵਾਰੀ ਫਿਰ ਉੱਤੋਂ ਗਾਂ ਖਾ ਜਾਂਦੀ ਸੀ। ਹੁਣ ਐਰਕੀ ਥੋੜ੍ਹਾ ਜਿਹਾ ਬਚਿਆ, ਕਿਉਂਕਿ ਇਹਦਾ ਅਸੀਂ ਘਾ ਜਿਹਾ ਨਹੀਂ ਨਾ ਕੱਢਿਆ ਪੂਰਾ, ਨਹੀਂ ਤਾਂ ਗਾਂ ਜਦੋਂ ਆਉਂਦੀ ਸੀ ਇਹਨੂੰ ਖਾ ਜਾਂਦੀ ਸੀਗੀ। ਅਤੇ ਇਹ ਵਾਲਾ ਅੰਬ ਜਿਵੇਂ ਆਪਣੇ ਆਪ ਹੀ ਸਾਡੇ ਗਾਰਡਨ 'ਚ ਉੱਗਿਆ ਸੀ, ਜਿਵੇਂ ਆਪਾਂ ਕਿਚਨ ਗਾਰਡਨ ਕਿਚਨ ਵੇਸਟ ਪਾਉਂਦੇ ਸੋਰੀ, ਅਤੇ ਉੱਦਾਂ ਦੇ ਇਹ ਅਮਰੂਦ ਹੋਏ ਸੀਗੇ। ਅਤੇ ਇੱਕ ਇਹ ਵੀ ਅਮਰੂਦ ਹੈ, ਇਹ 2 ਕਿਸਮ ਦੇ ਅਸੀਂ ਅਮਰੂਦ ਲਾਏ, ਹੁਣ ਇਹ ਲੱਗਣਗੇ ਫਿਰ ਹੀ ਪਤਾ ਲੱਗੂਗਾ। ਇਹਨੂੰ ਅਮਰੂਦ ਨੂੰ ਕਹਿੰਦਾ ਸੀਗਾ ਵੀ ਗਰਮੀਆਂ ਸਰਦੀਆਂ ਯਾਨੀ ਕਿ ਪੂਰਾ ਸਾਲ ਹੀ ਇਹਨੂੰ ਅਮਰੂਦ ਲੱਗਣਗੇ, ਉਹਨੂੰ ਸੀਜ਼ਨ ਦੇ ਹਿਸਾਬ ਨਾਲ ਲੱਗਣਗੇ। ਅਤੇ ਸ਼ਾਮ ਹੋ ਗਈ ਕਰਕੇ ਇਹਦੇ ਦੇਖੋ ਪੱਤੇ ਦੇਖੋ ਤੁਸੀਂ, ਐਂ ਪੂਰੇ ਬੰਦ ਹੋ ਗਏ ਆ। ਸਵੇਰੇ ਕਿਤੇ ਆਪਾਂ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ, ਪੂਰੇ ਪੱਤੇ ਖੁੱਲ੍ਹੇ ਹੁੰਦੇ ਆ। ਇਹ ਆਪਣਾ ਫੇਵਰੇਟ ਬੂਟਾ ਔਲੇ ਦਾ, ਜਿਹੜਾ ਆਪਣੇ ਸਰੀਰ ਨੂੰ ਕਈ ਫਾਇਦੇ ਦਿੰਦਾ ਵਾ। ਇਹ ਅਸੀਂ ਘਰੇ ਲਾਇਆ, ਵੈਸੇ ਸਾਨੂੰ ਬਾਹਰੋਂ ਤੋੜ ਕੇ ਲਿਆਉਣੇ ਪੈਂਦੇ ਆ, ਬਹੁਤ ਬੇਸਬਰੀ ਨਾਲ ਇਹਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਵੀ ਜਦੋਂ ਸਾਡੇ ਘਰ ਦੇ ਔਲੇ ਹੋਣਗੇ ਫਿਰ ਅਸੀਂ ਫਰੈਸ਼ ਔਲੇ ਦਾ ਜੂਸ ਵੀ ਬਣਾ ਸਕਾਂਗੇ, ਫਿਰ ਅਸੀਂ ਇਹਦੀ ਜਿਵੇਂ ਆਪਾਂ ਜੈਮ ਬਣਾਉਂਦੇ ਹਾਂ ਉਹ ਵੀ ਬਣਾ ਸਕਾਂਗੇ। ਇਹਦੇ ਫਿਰ ਜਿਵੇਂ ਪਾਣੀ ਨਹੀਂ ਬਣਾਇਆ ਸੀਗਾ ਆਪਾਂ, ਚੈਨਲ 'ਤੇ ਵੀਡੀਓ ਪਾਈ ਆ, ਉਹ ਵੀ ਆਪਾਂ ਬਣਾ ਸਕਦੇ ਹਾਂ। ਚਟਨੀ ਬਣਾ ਸਕਦੇ ਹਾਂ, ਜੋ ਮਰਜ਼ੀ ਬਣਾ ਸਕਦੇ, ਘਰ ਦੀ ਚੀਜ਼ ਹੋਵੇ ਜਦੋਂ ਮਰਜ਼ੀ ਆਪਾਂ ਕੁਛ ਵੀ ਬਣਾ ਸਕਦੇ ਹਾਂ। ਅਤੇ ਇਹ ਆ ਜੀ ਪਰੀਜਾਤ,
ਇਹ ਬੁਖਾਰ ਵਾਸਤੇ ਬੂਟਾ ਜਿਹੜਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ। ਜਿਹਦੇ ਪੂਰਾ ਐਂ ਪੂਰਾ ਭਰਿਆ ਹੋਇਆ ਨਾ, ਫੁੱਲ ਫਲ ਹੋਏ ਇਹਦੇ 'ਤੇ, ਫਿਰ ਆਪਾਂ ਇਹਨੂੰ ਇਹਦੇ ਸਾਰੇ ਫਾਇਦੇ ਤੁਹਾਨੂੰ ਦੱਸਾਂਗੇ ਵੀ ਇਹ ਵੀ ਆਪਣੇ ਸਰੀਰ ਵਾਸਤੇ ਕਿੰਨਾ ਫਾਇਦੇਮੰਦ ਆ। ਆਪਾਂ ਤਕਰੀਬਨ ਜਿੰਨੇ ਵੀ ਬੂਟੇ ਲਾਏ ਆ, ਚਾਹੇ ਉੱਧਰ ਫਲ ਵਾਲੇ ਲਾਏ, ਸਬਜ਼ੀਆਂ ਲਈ, ਜਿਹੜੇ ਆਪਣੇ ਸਰੀਰ ਨੂੰ ਫਾਇਦੇਮੰਦ ਆ। ਜਿਵੇਂ ਉਹ ਸੁਹੰਜਣਾ ਮੇਰਾ, ਉਹਦੀ ਇੱਕ ਵਾਰੀ ਆਪਾਂ ਕਟਿੰਗ ਕਰਨੀ ਸੀ, ਤੁਸੀਂ ਦੂਰੋਂ ਦੇਖ ਸਕਦੇ ਹੋ ਇਹ ਮੇਰੇ 'ਤੇ। ਇਹ ਦੇਖੋ ਜੀ, ਇਹ ਸੁਹੰਜਣਾ, ਨਾਲ ਹੀ ਇਹਦੇ ਇੱਥੇ ਥੱਲੇ ਕੜੀ ਪੱਤਾ ਵੀ ਉੱਗਿਆ। ਇਹ ਕੜੀ ਪੱਤਾ ਹੋ ਰਿਹਾ ਅਤੇ ਸੁਹੰਜਣਾ, ਜਿਵੇਂ ਉੱਤੋਂ ਇੱਕ ਵਾਰੀ ਕਹਿੰਦੇ ਸੀ ਕਟਿੰਗ ਕਰ ਦਿਓ, ਨਹੀਂ ਤਾਂ ਉੱਚਾ ਚੱਲ ਜਾਣਾ, ਅਤੇ ਇਹਦੀ ਆਪਾਂ ਕਟਿੰਗ ਕਰ ਦਿੱਤੀ ਸੀਗੀ, ਇਹ ਥੱਲਿਓਂ ਫਿਰ ਫੁੱਟਣ ਲੱਗ ਪਿਆ। ਹੁਣ ਦੇਖਦੇ ਹਾਂ ਉੱਪਰੋਂ ਵੀ ਫੁੱਟ ਜੂਗਾ ਅਤੇ ਵਧੀਆ ਆ ਜੂਗਾ, ਫਿਰ ਇਹਨੂੰ ਵੀ ਜਦੋਂ ਫਲੀਆਂ ਪੈਣਗੀਆਂ। ਇਹਦੇ ਸਾਰੇ ਫਾਇਦੇ ਆਪਾਂ ਤੁਹਾਨੂੰ ਚੈਨਲ 'ਤੇ ਬਹੁਤ ਵਾਰੀ ਦੱਸ ਚੁੱਕੇ ਹਾਂ ਵੀ ਇਹ ਕਿੰਨਾ ਫਾਇਦੇਮੰਦ ਦਰਖਤ ਆ, ਬਹੁਤ ਹੀ ਜ਼ਿਆਦਾ ਫਾਇਦੇਮੰਦ ਆ। ਇਹਦੀ ਜੜ੍ਹ ਤੋਂ ਲੈ ਕੇ ਇਹਦਾ ਪੱਤਾ, ਇਹਦਾ ਫੁੱਲ, ਇਹਦੀ ਫਲੀ, ਹਰੇਕ ਚੀਜ਼ ਜਿਹੜੀ ਉਹ ਕੰਮ ਦੀ ਆ। ਅਤੇ ਬਾਕੀ ਜਿਹੜੀ ਪਾਲਕ ਫੁਲਕ ਆਪਣੀ ਪੱਕ ਚੁੱਕੀ, ਹੁਣ ਬਸ ਗਾਰਡਨ ਦੀ, ਇਹਦੀ ਵੀ ਸਫਾਈ ਹੋਣ ਵਾਲੀ ਆ, ਉੱਧਰ ਵੀ ਆਪਾਂ ਸਫਾਈ ਕਰਾਂਗੇ। ਇਹ ਜਿਹੜਾ ਬੀਜ ਪੈਣ ਕਰਕੇ ਮੈਂ ਨਾ, ਇਹਦਾ ਬੀਜ ਰੱਖਣ ਕਰਕੇ ਇਹਨੂੰ ਮੈਂ ਨਹੀਂ ਪੱਟਿਆ ਹੈਗਾ। ਅਜਵੈਣ ਆਪਾਂ, ਉਹ ਜਿਹੜੀ ਪੱਕ ਗਈ ਸੀਗੀ, ਅਜਵੈਣ ਵੀ ਆਪਾਂ ਅੰਦਰ ਕੱਢੀ ਆ, ਅਤੇ ਕੁਛ ਧਨੀਆ ਵੀ ਕੱਢਿਆ ਸੀਗਾ ਅੱਜ ਸਵੇਰੇ ਸਿਰ ਦੇ ਗਾਰਡਨ 'ਤੇ ਲੱਗੇ ਸੀਗੇ। ਇਹ ਘਰ ਦਾ ਆਪਣਾ ਧਨੀਆ ਦੇਖੋ, ਇਹ ਧਨੀਆ ਜਿਹੜਾ ਪੱਕ ਗਿਆ ਸੀ, ਆਪਾਂ ਸਾਰਾ ਜਿਹੜਾ ਧਨੀਆ ਨੂੰ ਕੱਢ ਲਿਆ, ਛੋਲੇ ਵੀ ਆਪਾਂ ਕੱਢ ਲਏ, ਕੁਛ ਛੋਲੀਆਂ ਵੀ ਪੱਕ ਗਿਆ ਸੀਗਾ, ਧਨੀਆ ਵੀ ਕੱਢ ਲਿਆ, ਅਜਵੈਣ ਵੀ ਕੱਢ ਲਈ, ਅਤੇ ਹੁਣ ਇਹ ਜਿਹੜੀ ਪਾਲਕ ਆ ਇਹਨੂੰ ਆਪਾਂ ਕੱਢਾਂਗੇ, ਅਤੇ ਕੁਛ ਸੋਏ ਜਿਹੜੇ ਪਿਆਜ਼ਾਂ 'ਚ ਲੱਗੇ ਸੀ ਉਹਨਾਂ ਨੂੰ ਆਪਾਂ ਕੱਢਾਂਗੇ, ਕਿਉਂਕਿ ਘਰ ਦੀ ਚੀਜ਼ ਨਾਲ ਦੀ ਕੋਈ ਰੀਸ ਨਹੀਂ ਆ। ਬਾਕੀ ਗਾਰਡਨ ਦੀ ਥੋੜ੍ਹੀ ਹੈਲਪ ਕਰਾਉਣ ਵਾਸਤੇ ਮੇਰਾ ਭਤੀਜਾ, ਮੇਰਾ ਬ੍ਰਦਰ, ਜਿਵੇਂ ਛੁੱਟੀਆਂ ਆਉਣ ਵਾਲੀਆਂ ਉਹ ਆਉਣ ਵਾਲੇ ਨੇ, ਅਤੇ ਨਾਲ ਹੀ ਆਪਾਂ ਉਹਨਾਂ ਨੂੰ ਕੰਮ 'ਤੇ ਲਵਾਂਗੇ, ਅਤੇ ਨਾਲ ਆਪਣਾ ਕੰਮ ਸੌਰ ਜੂਗਾ, ਨਾਲ ਉਹ ਆਰੇ ਲੱਗੇ ਰਹਿਣਗੇ। ਅਤੇ ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਾ। ਜੇ ਬਲੌਗ ਚੰਗਾ ਲੱਗਾ ਤਾਂ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਓ। ਜਿਹੜੇ ਮੇਰੇ ਚੈਨਲ 'ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ, ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਣ, ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਹੁਣ ਇੱਥੇ ਆਪਾਂ ਵੀਡੀਓ 'ਤੇ ਕਰਦੇ ਜੀ ਐਂਡ, ਅਤੇ ਘਰ ਦੀਆਂ ਸਬਜ਼ੀਆਂ ਬੀਜ ਕੇ ਖਾ ਕੇ ਕਰਦੇ ਇੰਜੋਏ। ਮਿਲਦੇ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।